ਤਾਂ ਪੰਜਾਬ ਦੇ ਵਿੱਚ ਖਤਰਨਾਕ ਰਫ਼ਤਾਰ ਕਰੋਨਾ ਦੀ ਜਾਰੀ ਹੈ। ਪਹਿਲੀ ਵਾਰ 24 ਘੰਟਿਆਂ 'ਚ ਰਿਕਾਰਡ 1946 ਨਵੇਂ ਮਰੀਜ਼ ਦਰਜ ਕੀਤੇ ਗਏ ਨੇ, ਯਾਨੀ ਕਿ ਕਰੀਬ 2000 ਮਾਮਲੇ ਸਾਹਮਣੇ ਆਏ ਨੇ। ਜਲੰਧਰ ਦੇ ਵਿੱਚ 261, ਲੁਧਿਆਣਾ ਦੇ ਵਿੱਚ 161 ਨਵੇਂ ਕੇਸ, ਪਠਾਨਕੋਟ 'ਚ 205, ਗੁਰਦਾਸਪੁਰ 'ਚ 186, ਬਠਿੰਡਾ 'ਚ 168, ਪਟਿਆਲਾ 'ਚ 150 ਨਵੇਂ ਕੇਸ, ਮੋਹਾਲੀ 'ਚ 154, ਅੰਮ੍ਰਿਤਸਰ 'ਚ 133 ਨਵੇਂ ਕੇਸ, ਹੁਸ਼ਿਆਰਪੁਰ ਦੇ ਵਿੱਚ 135, ਕਪੂਰਥਲਾ 'ਚ 72 ਕੇਸ। ਪੰਜਾਬ ਦੇ ਵਿੱਚ ਕੁੱਲ ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 63,473 ਕੇਸ ਪੰਜਾਬ ਦੇ ਵਿੱਚ ਇਸ ਵੇਲੇ ਹੋ ਗਏ ਨੇ। ਹਾਲਾਂਕਿ ਕਾਫੀ ਮਰੀਜ਼ ਨੇ ਜਿਹੜੇ ਰਿਕਵਰ ਹੋ ਚੁੱਕੇ ਨੇ, ਤੇ ਗੱਲ ਐਕਟਿਵ ਕੇਸਾਂ ਦੀ ਕੀਤੀ ਜਾਵੇ ਤਾਂ 16,156 ਐਕਟਿਵ ਕੇਸ ਨੇ ਪੰਜਾਬ ਦੇ ਵਿੱਚ। ਤਾਂ ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਖਤਰਨਾਕ ਲਗਾਤਾਰ ਜਾਰੀ ਹੈ। ਉਧਰ ਕੋਰੋਨਾ ਦੇ ਹਾਲਾਤਾਂ ਦੀ ਅੱਜ ਮੁੜ ਤੋਂ ਸਮੀਖਿਆ ਹੋਵੇਗੀ। ਰਿਵਿਊ ਕਮੇਟੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੈਠਕ ਕਰਨਗੇ। ਸੂਬੇ ਭਰ ਦੇ ਹਾਲਾਤਾਂ ਤੇ ਫੀਡਬੈਕ ਲਿਆ ਜਾਵੇਗਾ। ਵੱਧ ਰਹੇ ਮਾਮਲਿਆਂ ਦੇ ਚੱਲਦੇ ਕੁਝ ਨਵੇਂ ਫੈਸਲੇ ਵੀ ਸੰਭਵ ਨੇ। ਅੱਜ ਵਿਧਾਇਕਾਂ ਦੇ ਨਾਲ ਵੀ ਬੈਠਕ ਕਰਨਗੇ ਸੀਐਮ। ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ, ਹੌਟਸਪੌਟ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਕਹਿਰ ਜਿਹੜਾ ਜਾਰੀ ਹੈ, ਉੱਥੇ ਕੀ ਕੁਝ ਹੋਰ ਫੈਸਲੇ ਲਾਗੂ ਕੀਤੇ ਜਾਂਦੇ ਨੇ, ਕਿਤੇ ਸਖ਼ਤੀ ਵਧਾਈ ਜਾਂਦੀ ਹੈ, ਇਹ ਫਿਲਹਾਲ ਦੇਖਣਾ ਹੋਵੇਗਾ। ਤਾਂ ਅੱਜ ਰਿਵਿਊ ਮੀਟਿੰਗ ਕੀਤੀ ਜਾਵੇਗੀ ਸੀਐਮ ਦੇ ਵੱਲੋਂ, ਤੇ ਨਾਲ ਹੀ ਵਿਧਾਇਕਾਂ ਦੇ ਨਾਲ ਵੀ ਮੀਟਿੰਗ ਉਹਨਾਂ ਦੇ ਵੱਲੋਂ ਹੋਵੇਗੀ। ਉਧਰ ਹੁਣ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਜੇਕਰ ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋ ਆਪਣੀ ਗੱਡੀ ਦੇ ਵਿੱਚ, ਤਾਂ ਤੁਹਾਨੂੰ ਮਾਸਕ ਲਗਾਉਣ ਦੀ ਜ਼ਰੂਰਤ ਨਹੀਂ ਹੈ, ਯਾਨੀ ਕਿ ਮਾਸਕ ਲਗਾਉਣਾ ਲਾਜ਼ਮੀ ਨਹੀਂ ਹੈ ਹੁਣ ਕਾਰ 'ਚ ਇਕੱਲੀ ਸਵਾਰੀ ਦੇ ਲਈ। ਕੇਂਦਰ ਦੀ ਤਰਜ਼ 'ਤੇ ਹੁਣ ਪੰਜਾਬ ਸਰਕਾਰ ਨੇ ਵੀ ਛੋਟ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਮੁਤਾਬਕ ਕਾਰ 'ਚ ਬੈਠੀ ਇਕੱਲੀ ਸਵਾਰੀ ਦੇ ਲਈ ਮਾਸਕ ਲਗਾਉਣਾ ਲਾਜ਼ਮੀ ਨਹੀਂ ਹੈ। ਇਹ ਸ਼ਰਤ ਕਾਰ 'ਚ ਬੈਠੀ ਇਕੱਲੀ ਸਵਾਰੀ ਦੇ ਲਈ ਹਟਾ ਦਿੱਤੀ ਗਈ ਹੈ। ਜੇਕਰ ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋ ਆਪਣੀ ਗੱਡੀ ਦੇ ਵਿੱਚ, ਤਾਂ ਤੁਹਾਨੂੰ ਗੱਡੀ ਦੇ ਅੰਦਰ ਮਾਸਕ ਲਗਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਜੇਕਰ ਤੁਹਾਡੇ ਨਾਲ ਕੋਈ ਬੈਠਾ ਹੋਇਆ ਹੈ ਤਾਂ ਫਿਰ ਮਾਸਕ ਲਗਾਉਣਾ ਲਾਜ਼ਮੀ ਹੈ, ਤਾਂ ਗੱਡੀ ਤੋਂ ਬਾਹਰ ਨਿਕਲਦੇ ਸਾਰ ਹੀ ਤੁਹਾਡਾ ਮਾਸਕ ਲਗਾਉਣਾ ਵੀ ਲਾਜ਼ਮੀ ਹੈ। ਤੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।